ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਜੀ ਮਿੱਤਰਾ, ਅੱਜ ਦੇ ਦਿਨ ਦੇ ਅੱਜ ਦੇ ਵਲੋਗ ਦੀ ਸ਼ੁਰੂਆਤ ਕਰਤੀ ਅਤੇ ਅੱਜ ਉੱਠੇ ਗਿਆ ਹੋਣੀ 5 ਵਜੇ, 5 ਵਜੇ ਉੱਠ ਕੇ ਮਾੜੀ ਮੋਟੀ ਸੈਰ ਸੁਰ ਕਰਕੇ ਠੀਕ ਹੈ ਪਾਣੀ ਧਾਣੀ ਦੇ ਫਿਰ ਫੜ ਲਿਆ ਫੋਨ, ਫੋਨ 'ਤੇ ਟਾਈਮ ਵਾਲਾ ਵੇਸਟ ਹੁੰਦਾ। ਫਿਰ ਮੈਂ 20-25 ਮਿੰਟ ਖਰਾਬ ਕੀਤੇ ਨੇ, ਜਦੋਂ ਮੈਨੂੰ ਸ਼ੇਰੇ ਨੇ ਆਵਾਜ਼ ਮਾਰੀ, ਕਹਿੰਦਾ ਆਪਣੇ ਉੱਠਣ ਦਾ ਕੀ ਫਾਇਦਾ 5 ਵਜੇ, ਫਿਰ ਤੂੰ 5:30-6 ਵਜੇ ਆ ਤੇ ਅਤੇ ਆਪਾਂ ਜਾਣਾ ਕਿ ਪਾਸੇ। ਪਰ ਗੱਲ ਕਰਦੀ ਹੈ ਕਿ ਫੋਨ ਸਾਲੀ ਬਾਹਲੀ ਗੰਦੀ ਚੀਜ਼ ਹੋ ਗਿਆ ਨਾ ਯਾਰ, ਛੱਡਿਆ ਨਹੀਂ ਜਾਂਦਾ ਅਤੇ ਹੁੰਦਾ ਵੀ ਕੋਈ ਨਹੀਂ, ਸਵੇਰੇ ਸਵੇਰੇ ਨਾ ਕਿੱਦਾਂ ਮੈਸੇਜ, ਨਾ ਕੋਈ ਕਾਲ, ਊਂ ਕਦੀ ਕੋਈ ਇੰਸਟਾ ਖੋਲ੍ਹ ਲੱਗਦੀ, ਸਨੈਪਚੈਟ ਖੋਲ੍ਹ ਲੱਗਦੀ, ਯੂਟਿਊਬ ਖੋਲ੍ਹ ਆ, ਹੈ ਨਾ। ਯੂਟਿਊਬ 'ਤੇ ਮੇਰੇ ਕੋਲ ਬੜੀਆ ਚੀਜ਼ ਆ, ਮੇਰੇ ਭਰਾਵਾਂ ਦੇ ਕਮੈਂਟ ਜਦੋਂ ਮੈਨੂੰ ਆਉਂਦੇ ਨਾ, ਕੱਲ੍ਹ ਨੂੰ ਗੱਲਾਂ ਆ ਜਾਂਦੀਆਂ, ਪੜ੍ਹ ਕੇ ਚੇਤੀ ਖੁਸ਼ ਹੋ ਜਾਂਦਾ ਹੈ, ਰਾਤ ਨੂੰ ਇੱਕ ਵਾਰ ਪੜ੍ਹ ਕੇ ਸੁਣੀਦੇ ਹੈ ਨਾ, 2-4 ਨਵੇਂ ਆਏ ਜਾਂਦੇ ਆ, ਅਤੇ ਸਵੇਰੇ ਵੀ ਇੱਦਾਂ ਉੱਠ ਕੇ ਜਦੋਂ ਬਹਿ ਜਾਈਦਾ ਪੜ੍ਹ ਲਈਦੇ ਹੈ ਨਾ, ਫਿਰ ਕਮੈਂਟ ਪੜ੍ਹ ਕੇ ਵੀ ਨਾ ਬੜੀ ਪੋਜ਼ਿਟਿਵ ਵਾਈਬ ਕਿਸੇ ਵੇਲੇ ਹੁੰਦੀ ਆ। ਗੱਲ ਕਰੀ ਕਮੈਂਟ ਆਏ ਬੜੇ ਸੋਹਣੇ ਹੁੰਦੇ, ਆਪਾਂ ਚਲੋ ਵਧੀਆ ਵਲੋਗ ਬਣਾਈਦਾ ਨਾ, ਅਤੇ ਗੱਲ ਕਰੀ ਕਿ ਫਿਰ ਵੀਰ ਭਰਾ ਵੀ ਵਧੀਆ ਵਧੀਆ ਕਮੈਂਟ ਕਰ ਜਾਂਦੇ, ਚਿੱਤ ਜਿਹਾ ਖੁਸ਼ ਹੋ ਜਾਂਦਾ, ਫਿਰ ਚੀ ਕਹਿੰਦਾ ਕਿ ਨਹੀਂ ਹੁਣੇ ਵਲੋਗ ਸ਼ੁਰੂ ਕਰ। ਮੈਂ ਉੱਦਾਂ ਇਹ ਕਿ ਨਹਾ ਧੋ ਕੇ ਮੈਂ ਰਾਤ ਜਾਂਦੇ ਵਲੋਗ ਸ਼ੁਰੂ ਕਰਾਂਗੇ, ਮੇਰੇ ਕੋਲ ਰਿਹਾ ਨਹੀਂ ਗਿਆ, ਲਾਓ ਜੀ ਤੁਹਾਡੇ ਨਾਲ ਮਿੱਤਰੋ। ਗੱਲ ਕਰੀ ਕਿ ਨਹਾਈਏ ਧੋਈਏ, ਅਤੇ ਫਿਰ ਬੰਦੇ ਵਿਹਨੇ ਕਿਹੜੇ ਕਿਹੜੇ ਉੱਠੇ ਆ, ਰਾਤ ਦੇ ਬੜੀਆਂ ਗੱਲਾਂ ਕਰਦੇ ਸੀ, ਅਸੀਂ ਵੀ ਜਾਣਾ ਸਵੇਰੇ, ਅਸੀਂ ਵੀ ਜਾਣਾ, ਅਤੇ ਵੇਖੋ ਹਜੇ ਵੀ 1.25 ਘੰਟਾ ਲੇਟ ਹੈ, ਅਤੇ ਜੇ ਹਜੇ ਵੀ ਨਾ ਉੱਠੇ ਫਿਰ ਮੈਂ ਅਤੇ ਸ਼ੇਰਾ ਦੋਵੇਂ ਜਾਵਾਂਗੇ, ਇਹਨੇ ਫਿਰ ਕੀ ਮਾਹੌਲ ਬਣਦਾ। ਲਾਪਰਵਾਹ ਬੜਾ ਮੰਮੀ, ਲਾਪਰਵਾਹ ਬੜਾ ਵਾ, ਕੁੰਡਾ ਮਾਰਿਆ ਕਦੇ, ਕਿੰਨਾ ਟਾਈਮ ਲੱਗਦਾ ਕੁੰਡਾ, ਕਿਉਂ ਨੀ ਮਾਰਦਾ ਹੁੰਦਾ, ਖੂਨ ਤਾਂ ਲੱਗਾ ਹੁੰਦਾ ਮੰਮੀ। ਹੋਰ ਕਿਹਨੇ ਖੋਲੀ, ਤੂੰ ਹੀ ਗਿਆ ਅੰਦਰ, ਮੈਂ ਤੈਨੂੰ ਆਪ ਵੇਖਿਆ ਫੋਨ ਤੇ ਲੱਗਾ ਅੰਦਰ ਗਿਆ, ਗੱਲ ਜਵਾਨ ਲੜਾਉਂਦਾ ਵਾ, ਗੱਲ ਸੁਣ ਵੀ ਨਹੀਂ, ਜਵਾਨ ਲੜਾਈ ਦਾ ਗਾੜੀ, ਆਹੋ ਫਰੂਟ ਖਾਵਾਂਗੇ ਤੇਰੇ ਬਣਾ ਕੇ, ਖਾਂਦਾ ਨੀ ਕੋਈ, ਹੱਥ ਦੁੱਧ ਗਾਂ ਕੀਤੇ ਫਰਿੱਜ, ਆਂਡੇ ਖਾਦੇ ਆਪਣੀ ਗਲਤੀ ਨੀ ਮੰਨਦਾ, ਗਲਤੀ ਮੰਨੀ ਦੀ ਹੁੰਦੀ ਆ, ਨਾਲੇ ਗਾੜੀ ਤੂੰ ਜਵਾਨ ਲਾਉਣਾ, ਗੇਟ ਖੋਲੀਏ ਆਵੇ ਆ ਗਿਆ ਅੰਦਰ, ਗਿਆ ਰਾਤ ਦਾ ਕਿਤੇ ਬਾਹਰ, ਹੈਗਾ ਤੂੰ ਛਿੱਤਰਾਂ ਵਾਲਾ ਹੀ ਆ, ਨਵੇਂ ਬੂਟ ਖਰਾਬ ਕਰਦਾ ਲੱਗਾ ਹੈ ਮੇਰੇ, ਕੱਲ੍ਹ ਪੂਰਾ ਭੋਰਾ ਗੱਲ ਨਹੀਂ ਹੈਗੀ ਇਹਨੂੰ ਵੀ ਅਗਲਾ, ਚੱਲ ਵੀ ਮਿੱਤਰਾ ਚੱਲੀਏ। ਓ ਵਾਹਿਗੁਰੂ ਜੀ, ਰਾਣੀ ਰਾਣੀਏ, ਹੁਣ ਇਹ ਵੀਰ ਕਹਿੰਦੇ ਕਹਿੰਦੇ ਡਰਾਈਵਰ ਨਹੀਂ ਚਲਾਉਂਦੇ, ਲੈ ਵੀ ਜਾਂਦੀ ਹਰ ਥਾਂ ਰਾਣੀ ਜੀ, ਹਰ ਥਾਂ ਹੀ ਪਾਤੇ ਚੱਲ ਯਾਰਾਂ ਨੇ, ਤੇ ਹਰਮਨ ਦਾ ਆ ਗਿਆ ਜੀ ਫੋਨ, ਆਪਾਂ ਨੂੰ ਤੇ ਮੰਨੇ ਦਾ ਨਹੀਂ ਹੋਇਆ, ਗੱਲ ਕਰਦੀ ਕਿ ਮੰਨੇ ਦੇ ਕਰਮਾਂ 'ਚ ਨਹੀਂ ਹੈਗਾ ਸੀ,
ਮੰਨੇ ਦੇ ਬਾਬੇ ਨੂੰ ਬਾਅਦ ਚ ਲੈ ਜਾਂਦੇ ਆਪਾਂ ਤੁਰਨ ਫਿਰਨ ਜਾਣਾ ਆਪਾਂ ਕਿਸੇ ਪਾਸੇ। ਲੈ ਵੀ ਪਹੁੰਚ ਗਈ ਹਰਮਨ ਵਾਲੇ ਜੀ, ਆ ਮਾਰ ਭਾਉ ਨੂੰ ਆ ਜਾਣਗੇ ਆਏ ਬੁਗਿਆ। ਲੈ ਵੀ ਮਿੱਤਰਾ ਆ ਤੇ ਚੱਲੇ ਯਾਰ ਹੁਣਾਂ ਨੇ ਗੱਲ ਕਰੀ ਹੈ ਕਿ ਸਾਡੇ ਤਿੰਨਾਂ ਦੇ ਕਰਮਾਂ 'ਚ ਜੀ ਹਰਮਨ ਦੇ ਸ਼ੇਰੇ ਦੇ ਨਾਲ ਤੁਹਾਡੇ ਭਰਾ ਢਿੱਲੋ ਦੇ ਮੰਦੇ ਨੇ ਫੋਨ ਚੁੱਕਿਆ ਪਰ ਆਪਾਂ ਨੂੰ ਖੜਨਾ ਨਾਲ ਉੱਥੇ ਜਲੰਧਰ ਜਨ ਲੁਧਿਆਣੇ ਗਏ ਨਾ ਦੋ ਦਿਨ ਉਹਦੇ ਮੰਦੇ ਨੂੰ ਹੁਣ ਇਹਨਾਂ ਨੂੰ ਉੱਠ ਪੈਣਾ। ਮਿੱਤਰੋ ਗੁਰੂ ਮਹਾਰਾਜ ਦਰਸ਼ਨ ਮੇਲੇ ਕਰ ਲਏ ਜੀ ਅਤੇ ਅੱਜ ਆਪਾਂ ਆਏ ਸੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਦਰਬਾਰ ਅਤੇ ਕਰਕੇ ਦਰਸ਼ਨ। ਅੱਜ ਫਿਰ ਸਾਡੇ ਨਾਲ ਉਹ ਚੀਜ਼ਾਂ ਸਾਨੂੰ ਵੇਖਣ ਨੂੰ ਮਿਲੀਆਂ ਜਿਹੜੀਆਂ ਮੈਂ ਤੁਹਾਨੂੰ ਆਪਣੇ ਜਿਹੜੇ ਮੈਨੂੰ ਭਰਾ ਵੇਦੇ ਨੂੰ ਸਮਝਾਉਂਦਾ ਹੁੰਦਾ ਕਿ ਇਹੋ ਜਿਹੇ ਕੰਮ ਆਪਾਂ ਨਹੀਂ ਕਰ ਰਹੇ। ਗੁਰੂ ਮਹਾਰਾਜ ਦੇ ਘਰ ਗਏ ਹਾਂ ਜਦੋਂ ਟਾਈਮ ਕੱਢ ਕੇ ਗਏ ਜੇ ਤਾਂ ਉੱਥੇ ਕਾਹਲੀ ਨਾ ਕਰਿਆ ਕਰੋ। ਅੱਜ ਵੀ ਮੈਂ ਤਾਂ ਬੈਠਾ ਮਤਲਬ ਕਿ ਕੜਾਹ ਪ੍ਰਸ਼ਾਦ ਛਕਣ ਡਿਆ ਹਰਮਨ ਨੇ ਗੱਲ ਤੋਲ ਕਹਿੰਦਾ ਕਿ ਯਾਰ ਕਾਹਲੀ ਕਾਹਤੋਂ ਕਰਦੇ ਆ ਇਹ ਹਰਮਨ ਧੱਕੇ ਵੱਜੇ ਕਾਹਲੀ ਕਾਹਲੀ ਕਰਦੇ ਕੀ ਕੀਤਾ ਕਿ ਕੜਾਹ ਪ੍ਰਸ਼ਾਦ ਲੈਣ ਉੱਥੇ ਜਦੋਂ ਆਪਾਂ ਪ੍ਰਸ਼ਾਦ ਨੂੰ ਭੋਗ ਲਵਾਈਦਾ ਉੱਥੇ ਵੀ ਧੱਕੇ ਅੱਗੇ ਹੋ ਕੇ ਕਿ ਮੇਰੀ ਲੈਨ ਤੋੜ ਦੇਣੀ ਆ ਕਿ ਚਲੋ ਸੰਗਤ ਲੈਣ ਦੇ ਵਿੱਚ ਲੱਗੀ ਹੈ ਨਾ ਆਪੇ ਵਾਰੀ ਆ ਹੀ ਜਾਣੀ ਹੈ ਨਾ ਅਤੇ ਇੰਨੀ ਕਾਹਲੀ ਉੱਥੇ ਜੇ ਕਾਹਲੀ ਹੁੰਦੀ ਤਾਂ ਨਾ ਜਾਇਆ ਕਰੋ ਟਾਈਮ ਕੱਢ ਕੇ ਜਾਇਆ ਕਰੋ ਉੱਥੇ ਸਬਰ ਰੱਖਿਆ ਕਰੋ ਗੁਰੂ ਮਹਾਰਾਜ ਦੇ ਘਰ ਅਰਦਾਸ ਬੇਨਤੀ ਕੀਤੀ ਪਾਠ ਕਰਿਆ ਕਰੋ ਸੇਵਾ ਕਰਿਆ ਕਰੋ ਇਹ ਥੋੜ੍ਹੀ ਹੱਥ ਲਾ ਕੇ ਮੋੜਾਉਣਾ ਫਿਰ ਮਨੋਕਾਮਨਾ ਆਪਣੇ ਕਿੱਥੋਂ ਪੂਰੀਆਂ ਹੋਣੀਆਂ ਫਿਰ ਆਪਾਂ ਕਹਿੰਦੇ ਕਿ ਅਸੀਂ ਜਦੋਂ ਆਪਣੀ ਜ਼ਿੰਦਗੀ 'ਚ ਆਪਣਾ ਕੋਈ ਕਿਸੇ ਕਾਰਨ ਕਰਕੇ ਨੁਕਸਾਨ ਹੁੰਦਾ ਤਾਂ ਆਪਾਂ ਕਹਿੰਦੇ ਕਿ ਅਸੀਂ ਕੀ ਕਿਸੇ ਦਾ ਮਾੜਾ ਕੀਤਾ ਅਸੀਂ ਮਾੜਾ ਨਹੀਂ ਕੀਤਾ ਭੁੱਲਾਂ ਹੀ ਹੁੰਦੀਆਂ ਆਪਣੇ ਕੋਲੋਂ ਅਤੇ ਉਹਦੀ ਫਿਰ ਆਪਾਂ ਨੂੰ ਸਜ਼ਾ ਮਿਲਦੀ ਇੱਦਾਂ ਕਰਕੇ ਨਿੱਕੇ ਨਿੱਕੇ ਚੀਜ਼ਾਂ ਦੇ ਵਿੱਚ ਫਿਰ ਆਪਾਂ ਉਦੋਂ ਪਿੱਟਦੇ ਹਾਂ ਅਤੇ ਇਹੋ ਜਿਹੇ ਕੰਮ ਜਿਹੜੇ ਮੇਰੇ ਭਰਾ ਮੈਨੂੰ ਛੋਟੇ ਵਹਿੰਦੇ ਆਪਾਂ ਇਹੋ ਜਿਹਾ ਕੰਮ ਨਹੀਂ ਕੋਈ ਵੀ ਕਰਨਾ ਆਪਾਂ ਜਾਣਾ ਸਹਿਜ ਮਤੇ ਨਾਲ ਜੇ ਕੋਈ ਆਪਣੇ ਤੋਂ ਗਾੜੀ ਆ ਕੇ ਲੱਗਦਾ ਉਹਨੂੰ ਲੱਗ ਲੈਂਦਾ ਕਿ ਬਈ ਇਹਨੂੰ ਜਾਰੀ ਕਾਹਲੀ ਤੂੰ ਲੱਗ ਜਾ ਹੈ ਨਾ ਕਿ ਆਪਾਂ ਨਹੀਂ ਉੱਥੇ ਇਹੋ ਜਿਹੀ ਕੋਈ ਵੀ ਹਰਕਤ ਕਰਨੀ ਅਤੇ ਬਾਕੀ ਜਾਇਆ ਜ਼ਰੂਰ ਕਰੋ ਮੇਰੇ ਭਰਾ ਪਾਠ ਵੀ ਰੋਜ਼ ਕਰਾਇਆ ਕਰੋ ਤੁਸੀਂ ਜਿਹੜੇ ਵੀ ਧਰਮ ਨੂੰ ਮੰਨਦੇ ਜੇ ਰੋਜ਼ ਜਾਣਾ ਅਤੇ ਕਿਸੇ ਵੀ ਦੂਜੇ ਧਰਮ ਨੂੰ ਮਾੜਾ ਨਹੀਂ ਬੋਲਣਾ। ਦੂਜੀ ਨੂੰ ਫੋਨ ਕਰ ਲਿਆ ਮੰਦੇ ਨੂੰ ਮੈਂ ਕਰਤਾ ਸੀ ਆਪਣਾ ਬੂਟ ਪਾ ਆਪਾਂ ਬੜਾ ਟਾਈਮ ਨਹੀਂ ਲਾਉਣਾ ਫੋਨ ਕਰਾਂਗੇ ਆਪਾਂ ਨਾਲੇ ਉੱਥੇ ਇੱਕ ਦੇ ਆਪਣੇ ਘਰ ਦਾ ਕੰਮ ਇੱਕ ਦੁਕਾ ਕਰਕੇ ਆਉਣਾ ਪਤਾ ਕਰਕੇ ਅਤੇ ਫਿਰ ਜਲੰਧਰੋਂ ਪਤਾ ਕਰ ਲਾਂ ਜਿੱਥੋਂ ਸਸਤਾ ਹੋਊਗਾ ਉੱਥੋਂ ਚੱਕ ਲਾਂਗੇ ਸਮਾਨ। ਮਿੱਤਰਾਂ ਅਸੀਂ ਘਰੇ ਪਹੁੰਚ ਗਏ ਅਤੇ ਹਰਮਨ ਬੂਟ ਪਾਉਣ ਗਿਆ ਅਤੇ ਮੈਂ ਨਾ ਵਲੋਗ ਦੇ ਕਮੈਂਟ ਪੜ੍ਹਨ ਲੱਗ ਪਿਆ ਅਤੇ ਕਮੈਂਟ ਮਿੱਤਰ ਦਾ ਆਇਆ ਇੱਕ ਦਾ ਕਹਿੰਦਾ ਬਾਈ ਕੋਈ ਪੋਜ਼ਿਟਿਵ ਰਹਿਣ ਦਾ ਤਰੀਕਾ ਦੱਸ। ਤਰੀਕਾ ਜਾਣ ਮੇਰੀਏ ਬੜੇ ਵਲੋਗਾਂ ਨੇ ਦੱਸੀ ਇਹ ਗੱਲ ਤੁਸੀਂ ਸ਼ਾਇਦ ਗੌਰ ਨਹੀਂ ਕਰਦੇ ਜਾਂ ਮੇਰਾ ਭਰਾ ਕੋਈ ਨਵਾਂ ਜੁੜਿਆ ਹੋਊਗਾ ਹੈ ਨਾ ਜਿਹੜਾ ਪੁਰਾਣੇ ਵਲੋਗ ਨਹੀਂ ਵੇਖਦੇ ਤੁਸੀਂ ਧੁੱਪ ਬੜੀ ਪੈ ਰਹੀ ਆ ਅਤੇ ਉਹ ਚੀਜ਼ ਦਾ ਕਰਕੇ ਨਹੀਂ ਹੈ ਠੀਕ ਚੱਲ ਕੋਈ ਨਹੀਂ ਗੱਲ ਅੱਗੇ ਵੀ ਦੱਸੀ ਜਾਣ ਮੇਰੀਏ ਕਿ ਗੁਰਦੁਆਰਾ ਸਾਹਿਬ ਜਾਇਆ ਕਰੋ। ਪਹਿਲੀ ਗੱਲ ਤਾਂ ਸਵੇਰੇ ਟਾਈਮ ਸਿਰ ਉੱਠੋ 4 ਵਜੇ 5 ਵਜੇ 6 ਵਜੇ ਤੋਂ ਪਹਿਲਾਂ ਉੱਠ ਪਓ ਉੱਠ ਕੇ ਆਪਣਾ ਨਹਾ ਧੋ ਕੇ ਗੁਰੂ ਮਹਾਰਾਜ ਦੇ ਘਰ ਜਾਓ ਸੇਵਾ ਕਰੋ ਪਾਠ ਕਰੋ ਆਪਣੀ ਅਰਦਾਸ ਬੇਨਤੀ ਆਪ ਕਰੋ ਜੋ ਤੁਹਾਡੀ ਜ਼ਿੰਦਗੀ 'ਚ ਮੁਸ਼ਕਲਾਂ ਵਾ ਮਾਲਕ ਨੂੰ ਦੱਸੋ ਹੈ ਨਾ ਇੱਥੇ ਕਿਸੇ ਨੂੰ ਦੱਸਣ ਦਾ ਕਿਸੇ ਨੇ ਆਪਣਾ ਕੋਈ ਮਸਲਾ ਹੱਲ ਨਹੀਂ ਕਰਨਾ ਜਿਹਨੇ ਆਪਾਂ ਨੂੰ ਭੇਜਿਆ ਉਹਨੇ ਮਸਲਾ ਹੱਲ ਕਰਨਾ ਵਾ ਉੱਥੇ ਜਾਓਗੇ ਪਾਠ ਕਰੋਗੇ ਤੁਹਾਨੂੰ ਵੈਸੇ ਬੜਾ ਸਕੂਨ ਮਿਲਣਾ ਤੁਸੀਂ ਸਾਰਾ ਦਿਨ ਵੈਸੇ ਹੀ ਪੋਜ਼ਿਟਿਵ ਜਦੋਂ ਮੈਂ ਪਾਠ ਕਰਨ ਲੱਗ ਪੈਂਦੀ ਜਾਣ ਮੇਰੀ ਬੜਾ ਫਰਕ ਪੈਂਦਾ ਤਾਂ ਮੈਂ ਕਹਿੰਦਾ ਕਿ ਹਰ ਇੱਕ ਵਲੋਗ 'ਚ ਇਹ ਚੀਜ਼ ਤੁਹਾਨੂੰ ਦੱਸਦਾ ਵਾਂ ਖੁਦ ਕਰਦਾ ਫਿਰ ਤੁਹਾਨੂੰ ਦੱਸਦਾ ਕਿ ਤੁਸੀਂ ਵੀ ਆਹ ਚੀਜ਼ ਕਰਕੇ ਵੇਖੋ ਠੀਕ ਹੈ ਮੇਰੀ ਜਾਣ। ਉਹ ਤੋਂ ਬਾਅਦ ਇਹ ਨਹੀਂ ਕਿ ਆਪਾਂ ਪਾਠ ਕਰ ਲਿਆ ਗੁਰਦੁਆਰਾ ਸਾਹਿਬ ਗਏ ਹਾਂ ਅਤੇ ਆਪਾਂ ਆ ਕੇ ਆਪਣੀ ਗੱਡੀ 'ਚ ਬਹਿੰਦੇ ਹਾਂ ਸਾਰੀ ਕਿਸੇ ਨਾ ਕਿਸੇ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਉਹਨੇ ਇੱਦਾਂ ਕਰ ਲਏ ਉਹਨੇ ਆਹ ਕਰ ਲਿਆ ਜੇ ਉਹ ਕਿਸੇ ਬਾਰੇ ਕੋਈ ਜ਼ਿਕਰ ਨਹੀਂ ਕਰਨਾ
ਕਿਸੇ ਬਾਰੇ ਕੁਝ ਨਹੀਂ ਸੋਚਣਾ ਤੁਸੀਂ, ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ, ਨਾ ਸੁਣਨੀ ਤੇ ਨਾ ਹੀ ਕਰਨੀ, ਆਪਣੇ ਤੱਕ ਮਤਲਬ ਰੱਖਣਾ ਬਸ ਆਪਣੇ ਆਪ ਤੱਕ, ਠੀਕ ਆ। ਇਹ ਚੀਜ਼ ਕਰਕੇ ਵੇਖ ਲਿਓ ਵੈਸੇ ਪੋਜ਼ਿਟਿਵ ਰਹਿਣ ਲੱਗ ਪੈਣਾ ਤੁਸੀਂ। ਜਦੋਂ ਆਪਾਂ ਕਿਸੇ ਬਾਰੇ ਸੋਚਦੇ ਹਾਂ ਨਾ ਕਿ ਉਹਨੇ ਆਹ ਕਰ ਲਿਆ, ਉਹਨੇ ਆਹ ਕਰ ਲਿਆ, ਤੇ ਆਪਾਂ ਅੰਦਰੋਂ ਝੁਰ ਦਿੰਦੇ ਕਿ ਮੈਂ ਕਿਉਂ ਨਹੀਂ ਕੀਤਾ, ਮੇਰੇ ਕੋਲ ਕਿਉਂ ਨਹੀਂ ਆਹ ਚੀਜ਼ ਲਈ ਜਾਣ ਦੀ। ਕਿਸੇ ਦੀ ਜ਼ਿੰਦਗੀ ਨੂੰ ਆਪਣੀ ਜ਼ਿੰਦਗੀ ਦੇ ਨਾਲ ਕੰਪੇਅਰ ਨਹੀਂ ਕਰਨਾ। ਹਰ ਇੱਕ ਦੇ ਆਪੋ ਆਪਣੇ ਕਰਮ ਹੁੰਦੇ, ਅਤੇ ਹਰ ਇੱਕ ਨੇ ਆਪਣੇ ਕਰਮਾਂ ਦੀ ਖਾਣੀ, ਨਾ ਆਪਾਂ ਕਿਸੇ ਦੇ ਕਰਮਾਂ ਦੀ ਖੋ ਸਕਦੇ ਅਤੇ ਨਾ ਕੋਈ ਆਪਣੀ ਖੋ ਸਕਦਾ। ਇਸ ਕਰਕੇ ਆਪਣੇ ਕੰਮ 'ਤੇ ਧਿਆਨ ਦਿਉ। ਜਿਹੜੇ ਤੁਹਾਨੂੰ ਕੰਮ ਕਰਨ ਦਾ ਸ਼ੌਂਕ ਆ, ਬੰਦੇ ਨੂੰ ਇੱਕ ਹੁੰਦਾ ਨਾ ਨਿੱਕੇ ਹੁੰਦੇ ਤੋਂ ਕਿ ਮੈਂ ਵੱਡੇ ਹੋ ਕੇ ਆਹ ਚੀਜ਼ ਕਰਨੀ ਆ, ਜੇ ਤੁਹਾਨੂੰ ਉਹ ਵੀ ਨਹੀਂ ਹੈਗਾ ਮੇਰੇ ਨੂੰ, ਤਾਂ ਫਿਰ ਉਹ ਮਾਲਕ ਦੇ ਸਭ ਕੁਝ ਛੱਡ ਦਿਉ, ਆਪਣੇ ਆਪ ਤੁਹਾਨੂੰ ਰਾਹ ਵਿਖਾਈ ਜਾਣੇ ਆ। ਜਿੱਦਾਂ ਤੂੰ ਉਹਨੇ ਖੜਨਾ, ਉਹਦਾ ਭਾਣਾ ਮੰਨ ਕੇ, ਉਹਦਾ ਹੁਕਮ ਸਿਰ ਮੱਥੇ, ਉਹ ਚੀਜ਼ ਸੋਚ ਕੇ ਉੱਤੇ ਸਭ ਕੁਝ ਛੱਡ ਦਿਉ, ਆਪੇ ਉਹ ਬੇੜੇ ਪਾਰ ਲਾ ਦੂਗਾ। ਠੀਕ ਹੈ ਮੇਰੀ ਜਾਨ, ਰੋਮ ਰੋਮ ਨੂੰ ਲਾਇਆ ਨੇ, ਰੋਮ ਰੋਮ ਸੈਂਟ ਲਾਇਆ ਤੂੰ ਤੇ ਸਾਰੇ ਚ, ਰੋਮ ਰੋਮ ਨੂੰ ਸੈਂਟ ਲਾ ਗਿਆ ਰੋਮ ਰੋਮ ਮੇਰਾ ਨਾ ਕੀੜੇ ਹੋ ਗਿਆ ਸ਼ੇਰਾ ਮੇਰਾ, ਕੀ ਦੱਸਾਂ ਤੈਨੂੰ ਮੈਂ, ਤੈਨੂੰ ਸੁਣਿਆ ਨੀ, ਤੈਨੂੰ ਬਾਅਦ ਤੁਰਿਆ ਇੱਧਰ ਕੀ ਤੇਰਾ ਬਾਹਰ ਰੋਟੀ ਖਾਈਏ ਚੱਲੀਏ ਮੰਨੇ, ਫਿਰ ਰੋਟੀ ਖਾਈਏ, ਰੋਟੀ ਖਾ ਕੇ ਫਿਰ ਤੁਰਦੇ ਆ ਬਾਬਾ, ਤੇਰੇ ਕਰਮਾਂ ਚ ਹੈਗਾ ਈ ਖਾਣਾ ਪੀਣਾ ਜਾਣਾ, ਹੈਂ ਘੁਮਾਣ ਫਰਾ ਕੇ ਲਿਆ ਤੈਨੂੰ, ਹੈਂ ਕੋਈ ਗੱਲ ਨੀ, ਸੋਹਣੇ ਲੱਗਦੇ ਫਿਰ ਕਿਹੜੀ ਗੱਲ ਆ, ਨਹੀਂ ਸ਼ੇਰ ਦੇ ਪਸੰਦ ਆ ਗਈ, ਫਰਨਾ ਸ਼ੁਰੂ ਹੋ ਗਿਆ, ਟੋਚ ਲਾ ਗਿਆ ਪਹਿਲਾਂ ਕਿਤੇ ਆਉਂਦੇ ਅੱਜ ਲਵਾਉਣੇ ਪੀੜ ਹੁੰਦੀ, ਅੱਛਾ ਪੱਥਰੀ ਆ ਗਈ ਆ, ਲੈ ਵੀ ਬਹੁਤ ਬਹੁਤ ਮੁਬਾਰਕਾਂ ਬਾਬੇ ਦੇ ਪੱਥਰੀ ਖਾਣਾ ਸਾਲੇ ਹਟਦਾ ਨਾ, ਜੋ ਉਹਦਾ ਸਾਲਿਆ ਜੋ ਬੀੜੇ ਬੂੜੇ ਸਭ ਖਾਈ ਜਾਂਦੇ ਜੀ, ਉਹ ਨਾ ਇੱਕ ਜ਼ਿਆਦਾ ਖਾਣਾ ਨਤੀਜਾ ਹੀ, ਕੱਚੇ ਚੌਲ ਹੀ ਖਾਈ ਨਾ ਮਾਤਾ ਨੇ, ਮਾਤਾ ਨੇ ਚੌਲ ਚੁਣਨੇ ਹੀ ਨਾ ਮਾਤਾ, ਜਦੋਂ ਧਰਦੀ ਸਵੇਰੇ ਜਦੋਂ ਰਸੋਈ ਜਾਣਾ ਮੁੱਠ ਭਰ ਕੇ ਖਾਈ ਜਾਂਦਾ, ਇਹ ਉਹਦਾ ਨਤੀਜਾ ਹੀ। ਕਿੰਨੇ ਕਿੰਨੇ ਪਰੌਂਠੇ? 12। ਕਿੰਨੇ ਬੰਦੇ ਆਪਾਂ? 2, 4, 6, 3 ਆਏ ਨੇ, 3 ਨਹੀਂ 3, 6, 9, 12, ਫਿਰ ਬਾਬਾ ਰਹਿ ਜਾਣਾ, ਫਿਰ 3 ਆ ਗਏ ਬਾਬਾ, ਪੱਥਰੀ ਖਾਣੇ ਪਰੌਂਠੇ? ਇੱਕ ਅੱਧਾ ਖਾਣਾ ਲਾਲ ਡੇ ਭਣੀ ਤਾਂ ਨਹੀਂ, ਇਹ ਨਹੀਂ ਦਾਜ ਦੀ ਸੁਆ, ਤੈਨੂੰ ਪਤਾ ਹੀ ਫਿਰ ਹੋਏ 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 ਕੰਮ ਪਰੌਂਠੇ ਪਰੌਂਠੀਆਂ ਲੱਗਾ ਜੇ ਨਹੀਂ ਕਢਾਉਂਦੇ ਬਈ ਆ ਸਤਰਾ ਆਇਆ ਸ਼ਰੀ ਤਰਾ ਲੈ ਵੀ ਮਿੱਤਰਾ ਨਾਲ ਜਾ, ਹੋਏ ਹੋਏ ਕਾਨੂੰ ਗੱਲਾਂ ਇੱਧਰ ਆ, ਜਿਹੜੇ ਬੰਦੇ ਪੱਥਰੀ ਦੀ ਪੀੜ ਪਹਿਲੇ ਆਉਂਦੀ ਉਹਨੂੰ ਪਹਿਲੇ ਹੁਣ ਕੀ ਰਿਹਾ ਮੇਰੇ ਨਾਲ, ਇਹਦੇ ਨਾਲ ਉਹ ਚੀਜ਼ ਹੁੰਦੀ ਸੀ ਰਾਤੀ। ਚੱਲ ਵੀ ਮਿੱਤਰਾ ਚੱਲੀਏ ਪਾ ਦੇ ਯਾਰ ਹੋਣਾ ਨੇ, ਸ਼ੇਰਾ ਬਾਬਾ ਦੂਜੀ ਨਾਲ ਮੰਨਾ, ਸ਼ੇਰਾ ਟੈਨਸ਼ਨ ਚ ਮੰਨੋ ਭਾਵੇਂ ਨਾ ਮੰਨੋ, ਗੱਲ ਕੋਈ ਹੈਗੀ ਆ ਬੜੀ ਦੂਰ, ਸ਼ੇਰਿਆ ਹੱਥ ਲੱਗੀ ਨੀ ਕਰਨੀ ਗੱਲ।
ਸ਼ੇਰੇ ਦੇ ਹੱਥ ਹੱਥ ਬੋਲੇ ਕੁੰਡੇ ਨੂੰ ਪਰ ਸ਼ੇਰੇ ਨੇ ਗੁੱਸਾ ਕੀਤਾ ਅੱਜ ਮੈਨੇ ਸ਼ੇਰਾ ਗੁੱਸਾ ਕਰ ਗਿਆ ਯਾਰ ਹਨਾ ਯਾਰ ਹਾਂ ਸ਼ੇਰੇ ਮਾਰੀ ਗਿਆ ਤੂੰ ਜਲੀਲ ਜਾ ਨਹੀਂ ਜਿਹੜੀ ਚੀਜ਼ ਨਹੀਂ ਗੱਲ ਹੁਣ ਜਿਹੜੀ ਮੈਂ ਗੱਲ ਕਰੂੰ ਮੂੰਹ ਨਾ ਵੱਟੀ ਜਿਹੜੀ ਚੀਜ਼ ਉਹ ਜਿਹੜੀ ਚੀਜ਼ ਦੀ ਹੈ ਹੀ ਨਹੀਂ ਉਹ ਤੇ ਅੱਕ ਜਿਦਾਈ ਜਾਂਦਾ ਵਾ ਅਸੀਂ ਉਹ ਗੱਲ ਤੋਂ ਕਹਿਣ ਦੇ ਨਾਲੇ ਭਰਾ ਨੂੰ ਦੁੱਖ ਲੱਗਦਾ ਆ ਅਗਰ ਕੰਨ ਦੇ ਰੋਂਦਾ ਵਾ ਜਦੋਂ ਕੋਈ ਲਾਲਾ ਦਾ ਪਲ ਸ਼ੇਰੇ ਲਾ ਦਿੰਦਾ ਛੱਡ ਭਰਾ ਦਫਾ ਕਰ ਭੈਣ ਜੀ ਮਰਿਆ ਨਿਰਮਲ ਸੋਹ ਦਾ ਨਾਂ ਖਰਾਬ ਕਰੇਗਾ ਜ਼ਿੰਦਗੀ ਸ਼ੇਰਿਆ ਬੜਾ ਕੁਝ ਆਉਣਾ ਬੜਾ ਹੁਣ ਯਾਰ ਵੇਖ ਇਧਰੇ ਅੱਜ ਸ਼ੇਰ ਖਿੱਚ ਗਿਆ ਮਿੱਤਰ ਅੱਜ ਚੈੱਕ ਕਰੋ ਫੇਸ ਅੱਜ ਦੀ ਰਾਤ ਨੀ ਮੈਨੂੰ ਤਾਂ ਗੱਲਾਂ ਮਾਰੀ ਤੈਨੂੰ ਕਿਹੜਾ ਰੱਖਣਾ ਕਿ ਬਸ ਕਰ ਤੁਸੀਂ ਅਰੇ ਪਰ ਮੇਰਾ ਫੇਵਰੇਟ ਮਾਡਲ ਜਿਹੜਾ ਹੈਗਾ ਨਾ ਹਾਰਲੇ ਦਾ ਉਹ ਹੈਗਾ ਜੀ 883 ਜੇ ਕੋਈ ਭਰਾ ਗਿਫਟ ਕਰਨਾ ਚਾਹੁੰਦਾ ਤੇ ਪਿੰਡ ਛੱਡ ਕੇ ਪੈਸੇ ਦੇ ਦਾਂਗੇ ਸਾਫ ਹਾਲਤ ਮਿਲ ਜੇ ਤੇ ਉਹਦੇ ਨਾਲ ਦੀ ਰੀਸ ਨੀ ਕੀ ਗੱਲ ਆ ਠੰਡਾ ਹੀ ਪੈ ਗਿਆ ਗੁਰੂ ਆ ਤੂੰ ਹੈ ਭਰਾ ਆਪਣਾ ਗੁੱਸਾ ਨਾ ਕਰੇਗਾ ਹੈਂ ਪਰ ਹੱਥ ਰੱਖੀ ਨਾ ਕਰਿਆ ਕਰੋ ਮਜ਼ਾਕ ਆਪਾਂ ਆਪਣੀ ਥਾਂ ਦੇ ਬਰਾਉਨੀ ਨਾਲ ਬਰਾਉਨੀ ਸ਼ੇਕ ਕੰਮ ਚੱਲਣ ਡਿਆ ਜੀ ਹੈ ਕਰੋ ਨਜ਼ਾਰੇ ਲਓ ਬਾਦਸ਼ਾਹੀ ਕਰੋ ਗੁੱਸਾ ਨਾ ਕਰੋ ਮੈਨੂੰ ਮਹਿਸੂਸ ਹੁੰਦਾ ਪੰਜ ਸਾਲ ਵੱਡਾ ਤੇ ਮੈਨੂੰ ਇਦਾਂ ਹੁੰਦਾ ਮਹਿਸੂਸ ਹੁੰਦਾ ਪੰਜ ਸਾਲ ਤੁਹਾਡੇ ਭਰਾ ਚ ਪੇੜ ਮਾਰੇਗਾ
ਪਰ ਉਹ ਗਲਤ ਜਿਹੜੀ ਚੀਜ਼ ਗਲਤ ਹੈ ਉਹਨੇ ਨਹੀਂ ਰੋਕਿਆ ਬਾਬਾ ਸਹੀ ਅੱਜ ਅੱਜ ਬਾਬਾ ਸਹੀ ਆ ਅੱਜ ਬਾਬਾ ਸਹੀ ਆ ਅੱਜ ਬਾਬਾ ਗੁਰੂਆ ਤੇਰਾ ਤਾਂ ਜਨਾਣ ਲਿਆ ਗਿਆ ਇਸ ਵਕਤ ਬੁਰਾ ਹੋ ਗਿਆ ਉਦੋਂ ਲੁਧਿਆਣੇ ਉਹ ਵਿਚਾਰੇ ਕੋਈ ਗੱਲ ਨਹੀਂ ਕੀਤੀ ਉਹਨੇ ਨੇ ਕੋਈ ਗੱਲ ਨਹੀਂ ਉਹ ਵੀ ਨਹੀਂ ਚੋਦਾ ਮੈਂ ਸਮਝਾ ਤਾ ਅੱਜ ਤੋਂ ਬਾਅਦ ਗੱਲ ਨਹੀਂ ਕੱਢਦਾ ਬਲਾਊ ਗੁੱਸਾ ਵਾ ਨਾ ਗੁੱਸਾ ਆ ਗਿਆ ਦਿਲ ਦੇ ਚੱਗ ਚੈਟ ਪਈ ਆ ਬਾਬਾ ਬਣ ਡੇ ਪੂਰਾ ਅੱਜ ਪਏ ਪੁੱਤ ਆਹੋ ਵੀ ਪਏ ਪਏ ਤੇਰੇ ਕੋਲ ਗਿਆ ਰਾਤ ਕੀ ਕਰ ਗਿਆ ਮੇਰੇ ਡੈਡੀ ਦਾ ਵਾਕੀ ਮਿਲ ਨਹੀਂ ਲਿਆ ਇਹਦਾ ਐਕਰੀ ਵੀ ਲੈ ਲਿਆ ਨਾ ਤੁਸੀਂ ਫਿਰ ਮੈਨੂੰ ਕਹਿਣਾ ਸ਼ੀਰਾ ਗਲਤ ਪੁੱਠਾ ਨਾ ਲੈ ਉਹਨੇ ਪੁੱਠਾ ਥੋੜੀ ਲਿਆ ਫਿਰ ਯਾਰ ਨੇ ਮੀਂਹ ਪਾ ਤਾ ਜੀ ਮੈਂ ਨਾ ਅੱਜ ਸਾਰੇ ਭਰਾ ਇਕੱਠੇ ਪੂਰਾ ਫਨ ਹੋਣ ਡਿਆ ਪੂਰਾ ਚਿੱਲ ਹੋਣ ਡਿਆ ਸੀ ਨਾਲ ਮਠਾ ਮਠਾ ਮੀਂਹ ਵੀ ਪਾ ਦਾ ਮੌਸਮ ਹੀ ਕਰਦਾ ਠੰਡਾ ਪਰ ਬੰਦੇ ਮੇਰੇ ਥੋੜੇ ਢਿੱਲੇ ਪੈ ਗਏ ਆ ਕੀ ਗੱਲ ਆ ਸ਼ਰੇ ਕੀ ਗੱਲ ਆ ਬਹੂ ਕਬਜ਼ ਤੀ ਵੇਲਾ ਬਾਬਾ ਫਿਰ ਨੀ ਡਲਦਾ ਸ਼ਰਿਆ ਸ਼ੇਰਾ ਵੀ ਅੱਜ ਗੁੱਸਾ ਕਰ ਗਿਆ ਸ਼ੇਰਾ ਕਰ ਗਿਆ ਗੁੱਸਾ ਹੈ ਕੱਟ ਲਾਇਆ ਗਿਆ ਵਾ ਕਰ ਲਾ ਤੂੰ ਕਰ ਲੇਗਾ ਮੋੜ ਕੋਲ ਖੁੱਟੀ ਬੁੜ ਦੇ ਦੇਣੀ ਹੈ ਇਹ ਜ਼ਿਆਦਾ ਚੜਨ ਰਿਹਾ ਫੇਰ ਤੇ ਬਾਬਾ ਜੇ ਉਹ ਸ਼ੁਰੂ ਹੋ ਗਿਆ ਨਾ ਤੇ ਪਿੰਡ ਤੱਕ ਨਾ ਤੂੰ ਐਸੇ ਨੁੱਕਰ ਚ ਤੇਰਾ ਤੇਰਾ ਬੁੱਲ ਤੋਂ ਬੁੱਲ ਨਹੀਂ ਚੁੱਕਣਾ ਬਾਅਦ ਚੋਂ ਬਾਬਾ ਮੈਂ ਦੱਸਣ ਡਿਆ ਉਦਣ ਵਾਲਾ ਸੀਨ ਮੈਨੂੰ ਚੇਤਾ ਸੀ ਉਦਣ ਵਾਲਾ ਸੀਨ ਨਾ ਉਹ ਪੁੱਲ ਤੋਂ ਸ਼ੁਰੂ ਹੋਇਆ ਸੀ ਆੜੇ ਤੋਂ ਜਿਹੜਾ ਤੇ ਪਿੰਡ ਤੱਕ ਨੀ ਛੱਡਿਆ ਹੈਂ ਦੇਖ ਲਾ ਆਪਾਂ ਚੀਜ਼ ਘੱਟ ਵੱਧ ਕੇ ਲੜਾਈ ਹੋਈ ਨੀ ਇੱਥੇ ਇਹਨੇ ਆਪਣੇ ਨਾਲ ਲਿਖਿਆ ਨਾ ਹੁਣ ਇਹਦੀ ਭਾਸ਼ਾ ਨੂੰ ਸਮਝ ਨਹੀਂ ਆਉਣੀ ਠੀਕ ਹੈ ਤਿੰਨ ਚੂਹੇ ਤੇ 10 ਆਪਣੇ ਪਨੀਰ ਵਾਲੇ ਦੋ ਸਮੋਸੇ ਠੀਕ ਹੈ ਓਕੇ ਬਸ ਠੀਕ ਛੇਤੀ ਮੁੜੀ ਜਾਣ ਤੇ ਪੀਜ਼ਾ ਆਰਡਰ ਕਰਦੇ ਨਾਲੇ ਤੈਨੂੰ ਲਕਸ਼ੇ ਭਾਣੇ ਕਿਹੜਾ ਕਿਆ ਗਾਰਲੀ ਬ੍ਰੈਡ ਬਸ ਠੀਕ ਹੈ ਬਾਬਾ ਕੋਈ ਡਿਮਾਂਡ ਤੇ ਵੱਖਰੀ ਹੋਵੇ ਛੇਤੀ ਆਈ ਫਿਰ ਆਸੇ ਪਾਸੇ ਨਾ ਜਾਏਗੀ ਆ ਜਾ ਕਿਹਨੂੰ ਅੱਛਾ ਪਕੌੜੇ ਵਾਲੇ ਨੂੰ ਨਾ ਵੀ ਬੰਦੇ ਨੇ ਖਾਣੀ ਹੋਵੇ ਨਾ ਚੀਜ਼ ਲਕਸ਼ੇ ਪਾ ਥੋੜ੍ਹਾ ਜਿੰਨਾ ਮੱਖਣ ਮੁੱਖਣ ਜਿਹਾ ਲਾ ਤਾ ਨਾ ਤੂੰ ਜੀ ਕਰੀ ਜਾਂਦਾ ਖਾਣੇ 'ਚ ਪੈਣਾ ਸ਼ਰੇ ਕਿੱਦਾਂ ਚੈੱਕ ਕਰਾ ਚੈੱਕ ਤਾਂ ਕਰ ਵੇਖ ਜੀ ਕਰਾਉਣਾ ਵਧੋ ਵਧੀ ਕੰਮ ਓਕੇ ਰਿਪੋਰਟ ਹੀ ਵਧੋ ਵਧੀ ਜੀ ਕਰਾਉਣਾ ਗੁਰੂਆ ਪੱਕੀ ਮਰਨਾ
ਨਾਲ ਇਹਦੀ ਗੱਲ ਝੂਠੀ ਵੀ ਨਾ ਸਮਝ ਆਪਣੀ ਥਾਂ ਤੇ ਗੁੱਸਾ ਗਿਆ ਆਪਣੀ ਥਾਂ ਤੇ ਰੋਟੀ ਪਾਣੀ ਨਹੀਂ ਛੱਡਣਾ ਆ ਜਾ ਇੱਧਰ ਬੰਦੇ ਦੇ ਪੁੱਤਾਂ ਨੂੰ ਕੌਫੀ ਵੀ ਆ ਗਈ ਆਪਣੀ ਬਾਬਾ ਫੜ ਕੌਫੀ ਪੀ ਲਾ ਹੈਂ ਆ ਜਾ ਲੈ ਬਈ ਗੱਲ ਕੰਬਲੀ ਰਹੀ ਕੁੜੀ ਹੈ ਜੀ ਆਹ ਸਵਾਰੀ ਜਿਹੜਾ ਨਾ ਹੈ ਹੈਗੀ ਗ੍ਰੇਵੀ ਕੀ ਆ ਗਲਤ ਕਦਾਂ ਹੋ ਜਾਣਗੇ ਅਸੀਂ ਮੂਰਖਾਂ ਦੀ ਗਿਣਤੀ ਚ ਨੀ ਨਾ ਆਉਂਦੇ ਅਸੀਂ ਗੱਲ ਕਹਿ ਦਈਏ ਕਿ ਪੜ੍ਹ ਲਿਖ ਕੇ ਮੈਂ ਬਿਲ ਆਈ ਡੀ ਖੋਲੀ ਮੈਂ ਫਿਰ ਆਈ ਡੀ ਖੋਲ ਕੇ ਮੈਂ ਕਿਹਾ ਇਹ ਸੇਮ ਅੱਖਰ ਲਿਖਣੀ ਮਿੱਤਰ ਨਾ ਬਹੁਤ ਬਹੁਤ ਮੁਬਾਰਕ ਇੱਕ ਦਿਨ ਲੇਟ ਵਾਲੀਆਂ ਅਸੀਂ ਤਾਂ ਕੱਲ੍ਹ ਹੀ ਆਉਣਾ ਕੱਲ੍ਹ ਸਾਡੇ ਕਰਮਾਂ 'ਚ ਨਹੀਂ ਹੈਗਾ ਸ਼ਾਹ ਤੇਰੇ ਕੇਕ ਮੂੰਹ 'ਚ ਪਾਉਣਾ ਕੀ ਲੈਟਰ ਫਿਰ ਲੈਟਰ ਲੈਟਰ ਤਾਂ ਚੱਲ ਹੁੰਦਾ ਲੈਟਰ ਸੀਟ ਹੁੰਦੀ ਆ ਲੈਟਰ ਮਾਮਾ ਅੱਗ ਵੱਲ ਨੂੰ ਹੁੰਦਾ ਜੀ ਸ਼ਾਹ ਚੀਜ਼ ਤੋਂ ਡਰ ਲੱਗਦਾ ਅੱਜ ਕੱਲ੍ਹ ਪਤਾ ਨਹੀਂ ਕੀ ਚੱਕਰੀ ਤੇ ਤੂੰ ਇਹਨੂੰ ਅੱਗ ਨਾ ਲਾਈ ਪਿੱਛੇ ਨਾ ਤੁਸੀਂ ਅੱਗ ਲਾਉਣੀ ਨਾ ਸ਼ੇਰ ਲਾਉਣੀ ਨਾ ਬਾਬੇ ਤੂੰ ਲਾਉਣੀ ਆ ਅੱਗ ਲਾਓ ਮੰਨਾ ਉਹ ਨਹੀਂ ਆਹ ਚੀਜ਼ ਲਿਆਉਣੀ ਨਹੀਂ ਚਾਹੀਦੀ ਬੇਕਾਰ ਚੀਜ਼ ਜਿਹੜੇ ਬੰਦੇ ਮੇਰੇ ਵਲੌਗ ਮੈਂ ਆਹ ਚੀਜ਼ਾਂ ਯੂਜ਼ ਕਰਿਆ ਕਰੋ ਇੱਕ ਇਹ ਨਹੀਂ ਸਹੀ ਆਹ ਨੈਪਕਿਨ ਫੜੀ ਆ ਮੋਮਬੱਤੀ ਠੀਕ ਆ ਉਹ ਵੀ ਏ ਸੀ ਬੰਦ ਕਰਕੇ ਫੂਕ ਮਰਾ ਲਓ ਆਹ ਇੱਕ ਸਵਾਲ ਲੱਗਣ ਡਿਆ ਜੀ ਮੈਨੂੰ ਘੇਰੀ ਘੇਰੀ Happy birthday to you, happy birthday to you. ਮਿੱਠਾ ਖਾਂਦਾ ਨਹੀਂ ਵੇਲਾ ਮਾੜੀ ਗੱਲ ਓਕੇ ਪਹਿਲੇ ਤਾਂ ਮਗ ਮੁੜ ਗਏ ਉੱਠ ਦੀ ਕੋਸ਼ਿਸ਼ ਕੀਤੀ ਜਾਵੇ ਚਲੀ ਉੱਠਦਾ ਉੱਠੋ ਸਾਰਾ ਮੰਨੇ ਉੱਠੋ ਪੁੱਤ ਚਲੀ ਚਲੋ ਥੋੜਾ ਸਾਰਾ ਸਮਾਨ ਆਪਣਾ ਸਾਰਾ ਚੀਜ਼ ਕੋਈ ਰਹਿਣਾ ਜਾਵੇ ਬਾਅਦ ਚੋਂ ਆ ਜਾਓ ਮੇਰਾ ਭਰਾ ਆਜੋ ਆਜੋ ਜਿਹੜਾ ਛੇੜਾ ਵੀ ਮਾਰ ਲਈਆਂ ਜੀ ਇਹ ਕਦੇ ਸੱਜਦਾ ਹੈਗਾ ਜੀ ਬਰਡੇ ਅਤੇ ਬਰਡੇ ਵੀ ਮਨਾ ਲਿਆ ਜੀ ਅਤੇ ਨਾਲੇ ਸਾਡੇ ਸੱਜਣ ਦੀ ਦੁਕਾਨ ਵੀ ਦੋ ਚਾਰ ਲੀੜੇ ਕੱਪੜੇ ਵੇਖ ਲਏ ਜੀ ਹੈ ਹੁਣ ਬੰਦਿਆਂ ਨੂੰ ਆਉਂਦੀ ਆ ਨੀਂਦ ਕੋਕੀ ਚੜ੍ਹੀ ਪਈ ਆ ਰਾਸ਼ਨ ਦਾ ਫੁੱਲ ਲੜੇ ਜੇ ਅਤੇ ਪਿੰਡ ਜਾ ਕੇ ਮੇਰੇ ਸਾਨੂੰ ਸੌਂਦ ਹੀ ਕਰਨੀ ਸਾਰੇ ਬੰਦਿਆਂ ਨੇ ਕੰਮ ਕੋਈ ਹੈ ਨਹੀਂ ਕਿਉਂਕਿ ਜਿੰਮ ਅੱਜ ਲਾਉਣਾ ਨਹੀਂ ਆਪਾਂ ਐਤਵਾਰ ਅਤੇ ਅੱਜ ਬਸ ਜਾ ਕੇ ਨੀਟੀਆਂ ਹੀ ਮਾਰਨੀਆਂ ਸਮਝ ਲਓ ਅੱਜ ਦਾ ਵਲੋਗ ਇੰਨਾ ਹੀ ਜੀ ਸ਼ੇਰੇ ਕੀ ਗੱਲ ਬਾਬੂ ਸ਼ੇਰੇ ਪੈਂਦੇ ਨੇ ਰੇ ਕਿਆ ਬਾਤ ਚੰਗੀ ਗੱਲ ਮਿਲਾਈ ਹੋਈ ਆ ਲੈ ਵੀ ਮਿੱਤਰਾ ਸਿੱਧੀਆਂ ਜਾ ਕੇ ਬ੍ਰੇਕਾਂ ਮਾਰਾਂਗੇ ਹੁਣ ਪਿੰਡ ਹੀ ਬੰਦਾ ਨਹੀਂ ਰਹਿ ਸਕਦਾ ਆਪਣਾ ਸ਼ੇਰਾ ਗੁਸਤੇਰਾ ਪਿਆ ਰੇ ਓਏ ਮੈਂ ਕਿਹਾ ਸੀ ਨਾ ਬੋਲਦਾ ਮਿੱਟੀ
ਲਵ ਯੂ ਹੁੰਦਾ ਜਾਂਦਾ ਰਹੀ ਸਾਡੇ ਘਰੇ ਇਹ ਕਿਹੜੀ ਗੱਲ ਕਹਿੰਦੀ ਹੋ ਆਉਣ ਜਾਣ ਕੇ ਦੂਜੇ ਪਾਸੇ ਤੋਂ ਕੀ ਕਰੇ ਤਾਂ ਜੇ ਮੁੰਡਾ ਕੁੱਦੂ ਅੰਕਲ ਦਾ ਉਹ ਫੌਜਾਂ ਸੁੱਤੀਆਂ ਪਈਆਂ ਮਹਾਰਾਜ ਚੰਗਾ ਸਰ ਮਿਲਦੇ ਹਾਂ ਸਵੇਰੇ ਜਾਣਾ ਜੇ ਮੈਂ ਦੁਪਹਿਰੇ ਲਾਉਣਾ ਸਵੇਰੇ ਲਾਉਣਾ ਦੁਪਹਿਰੇ ਮੈਂ ਸਵੇਰੇ ਫਿਰ ਕਾੜੀ ਕਰਾਉਣੀ ਦੁਪਹਿਰੇ ਲਾਵਾਂਗਾ ਬਸ ਠੀਕ ਹੈ ਫਿਰ ਲੈ ਬਈ ਮਤਰਾ ਪਹੁੰਚ ਗਈ ਯਾਰ ਨੀ ਪਿੰਡ ਦੇ ਗੱਲ ਕਹਿ ਕਿ ਤੁਰੇ ਫਿਰਦੇ ਥੱਕ ਜਾਂਦਾ ਚਾਹੀਦਾ ਬਲੌਕ ਘੱਟ ਬਣਦਾ ਹੁਣ ਵੀ ਨਾ ਅਸੀਂ ਲੰਘਣ ਡੇ ਪਿੰਡ ਥਾਣੀ ਦੇ ਮੈਂ ਨਾ ਹਰਮਨ ਨੂੰ ਇੱਕ ਮੁੰਡਾ ਵਿਖਾਉਣ ਡਿਆ ਮਤਲਬ ਕਿ ਅਸੀਂ ਨਿੱਕੇ ਨਿੱਕੇ ਨਹੀਂ ਸਾਡੇ ਮਤਲਬ ਕਾਫੀ ਉਮਰ ਦਾ ਹੋਊ ਹੈ ਨਾ ਮਤਲਬ ਦਸ ਸਾਲਾਂ ਦਾ ਫਰਕ ਹੋਊਗਾ ਸਾਡੇ ਪਿੰਡ ਦਾ ਮਿੱਤਰ ਨਸ਼ਾ ਬਹੁਤ ਜ਼ਿਆਦਾ ਵਾ ਹੋਰ ਪਿੰਡਾਂ 'ਚ ਉੱਪਰ ਸਾਡੇ ਪਿੰਡ 'ਤੇ ਬਹੁਤ ਜ਼ਿਆਦਾ ਕਹਿ ਲਈਏ ਨਾ ਕਿ ਬਹੁਤ ਜ਼ਿਆਦਾ ਸਾਡੇ ਕਿਤੇ ਪੱਖੋਂ ਕਿਤੇ ਤੁਸੀਂ ਅੱਡੇ 'ਤੇ ਲੰਘ ਜਾਓਗੇ ਨਾ ਉੱਥੇ ਆਮ ਵੀ ਤੁਹਾਨੂੰ ਮੁੰਡੇ ਮਿਲ ਪੈਣਗੇ ਕਿਉਂਕਿ ਇਹਨਾਂ ਨੇ ਬਸ ਇੰਜੈਕਸ਼ਨ ਵਗੈਰਾ ਲਾਉਣੇ ਹੁੰਦੇ ਹੈ ਨਾ ਜਾਂ ਕੁਛ ਵੀ ਉੱਥੇ ਪੈ ਕੇ ਪੀਂਦੇ ਖਾਂਦੇ ਰਹਿੰਦੇ ਘੱਟੋ ਘੱਟ ਜ਼ਿਆਦਾ ਨਹੀਂ ਤਾਂ 15-15-20 ਮੁੰਡੇ ਤੁਹਾਨੂੰ ਮਿਲਣਗੇ ਕੁਝ ਜ਼ਿਆਦਾ ਸਿਆਣੇ ਬਹਿਣੇ ਹੁੰਦੇ ਕੁਝ ਨਿਆਣੇ ਹੁੰਦੇ ਹੈ ਨਾ ਜਿਹੜੇ 20-21 ਸਾਲ ਦੇ ਤੁਹਾਨੂੰ ਦੇਖਣ ਨੂੰ ਮਿਲਣਗੇ ਸਾਡੇ ਉੱਥੇ ਉਹਨਾਂ 'ਚ ਇੱਕ ਮੁੰਡਾ ਅਤੇ ਅਸੀਂ ਜੋ ਸਕੂਲੇ ਜਾਂਦੇ ਹੁੰਦੇ ਸੀ ਨਾ ਉਦੋਂ ਮੰਨ ਲਓ ਮੇਰੀ ਕੋਈ ਉਮਰਤਾ ਹੋਊਗਾ ਜਦੋਂ ਅਸੀਂ ਸਕੂਲੇ ਜਾਂਦੇ ਹੁੰਦੇ ਸੀ ਅਤੇ ਮੈਂ ਵਿਖਾਉਣ ਡਿਆ ਮੈਂ ਕਿਹਾ ਮੁੰਡੇ 'ਤੇ ਕਿੰਨਾ ਹੁਸਨ ਹੁੰਦਾ ਸੀ ਉਦੋਂ ਮੈਂ ਕਿਹਾ ਤੂੰ ਵੀ ਵੇਖਿਆ ਹੋਊਗਾ ਮੈਂ ਕਿੰਨਾ ਸੋਹਣਾ ਹੁੰਦਾ ਸੀ ਹੈ ਨਾ ਅਤੇ ਮੈਂ ਨਸ਼ੇ ਕਰਕੇ ਵੇਲਾ ਕਿੰਨੀ ਡੰਡ ਲੱਥ ਗਈ ਇਹ ਵੇਖਣ ਨੂੰ ਜੀ ਨਹੀਂ ਕਰਦਾ ਸਵਾਰ ਗਾਇਆ ਪਿਆ ਸੀ ਗੁਰੂਆ ਅਤੇ ਮਤਲਬ ਗੱਲ ਕਹਿਦੀ ਕਿ ਅਸੀਂ ਚੱਲ ਉਹਨੂੰ ਵੇਖਿਆ ਪਛਾਣ ਚਾਹੁੰਦਾ ਜੇ ਬੰਦੇ ਨੇ ਇੱਕ ਦੋ ਵਾਰ ਨਿਗਾਹ ਚੜਿਆ ਹੋਵੇ ਬੰਦੇ ਨੂੰ ਪਛਾਣ ਹੀ ਨਹੀਂ ਆਉਣੀ ਕਿ ਨਸ਼ਾ ਬੰਦੇ ਦਾ ਇੰਨਾ ਮਾੜਾ ਹਾਲ ਕਰ ਦਿੰਦਾ ਜ਼ਿੰਦਗੀ 'ਚ ਬੰਦਾ ਬੜੀਆਂ ਗਲਤੀਆਂ ਕਰਦਾ ਬੜੇ ਦੁੱਖ ਤਕਲੀਫ ਹੁੰਦੇ ਨਸ਼ੇ ਬੰਦਾ ਕਰਦੇ ਵੀ ਹੋਣਗੇ ਕਈ ਹੈ ਨਾ ਹੁਣ ਵੀ ਮਤਲਬ ਤੁਸੀਂ ਕੋਈ ਆਪਣਾ ਜਿਹੜਾ ਵਲੌਗ ਵੇਖਦਾ ਕੋਈ ਬੰਦਾ ਕਰਦੇ ਵੀ ਹੋਣਗੇ ਵਿੱਚੋਂ ਪਰ ਨਸ਼ਾ ਤਾਂ ਨਸ਼ਾ ਹੀ ਆ ਮਾੜਾ ਆ ਖਾਸ ਕਰਕੇ ਚਿੱਟੇ ਵਾਲਾ ਤਾਂ ਬਹੁਤ ਜ਼ਿਆਦਾ ਮਾੜਾ ਜਿਨ੍ਹਾਂ ਨੂੰ ਲੱਗਾ ਵਾ ਲਾ ਲਓ ਹਿਸਾਬ ਕਿ ਛੱਡਿਆ ਨਹੀਂ ਜਾਂਦਾ ਜੇ ਬੰਦੇ ਚਾਹੁੰਦੇ ਵੀ ਨਾ ਛੱਡਣਾ ਤਾਂ ਵੀ ਨਹੀਂ ਛੱਡਿਆ ਜਾਂਦਾ ਇਹ ਗੱਲ ਕਹਿੰਦੀ ਕਿ ਬੰਦੇ ਨੂੰ ਲੈ ਕੇ ਪੈਂਦਾ ਇਹਦਾ ਅੰਤ ਮੌਤ ਆ ਕੋਈ 100 ਪਿੱਛੇ 10 ਕੇਸ ਆ ਜਿਹੜੇ ਛੱਡ ਲੈਂਦੇ ਆ ਇਹ ਤਾਂ ਔਖਾ ਹੀ ਹੈ ਕੰਮ ਇਸ ਕਰਕੇ ਮੇਰੇ ਭਰਾ ਜਿਹੜੇ ਮੇਰੇ ਵਲੌਗ ਕਹਿੰਦੇ ਜੀ ਤੁਸੀਂ ਆਪਣੇ ਤੋਂ ਛੋਟੇ ਜੀ ਨਸ਼ੇ ਵਾਲੇ ਬੰਦਿਆਂ ਤੋਂ ਕਰੋ ਪਰਹੇਜ਼ ਕੋਸ਼ਿਸ਼ ਕਰਿਆ ਕਰੋ ਨਾਲੇ ਤੁਸੀਂ ਆਪ ਤੰਗ ਹੁੰਦੇ ਨਾਲੇ ਤੁਹਾਡਾ ਮਾਂ ਪਿਓ ਤੰਗ ਹੁੰਦਾ ਨਾਲੇ ਪੈਸੇ ਖਰਾਬ ਹੁੰਦੇ ਉਹ ਪੈਸੇ ਆਪਣੀ ਜਿਮ ਦੀ ਫੀਸ ਭਰੋ ਆਪਣਾ ਵਧੀਆ ਖਾਓ ਪੀਓ ਵਧੀਆ ਸੋਹਣਾ ਕੱਪੜਾ ਪਾਓ ਜਿਹੜੇ ਪੈਸੇ ਨਸ਼ੇ 'ਤੇ ਖਰਾਬ ਕਰਨੇ ਇਸ ਚੀਜ਼ ਤੋਂ ਕਰੋ ਪਰਹੇਜ਼ ਜੇ ਤੁਸੀਂ ਮਾੜਾ ਮੋਟਾ ਕੋਈ ਕਰਦੇ ਵੀ ਤਾਂ ਉਸ ਚੀਜ਼ ਤੋਂ ਪਾਸਾ ਵੱਟੋ ਫਾਇਦਾ ਕੋਈ ਨਹੀਂ ਇਸ ਚੀਜ਼ ਦਾ ਬੜੀ ਸੋਹਣੀ ਜ਼ਿੰਦਗੀ ਮਾਰਨ ਦਿੱਤੀ ਆ ਇਹਨੂੰ ਨਸ਼ੇ 'ਚ ਨਾ ਗਾਲਿਓ ਮਤਰਾ ਪਹੁੰਚ ਗਈ ਯਾਰ ਨਹੀਂ ਘਰੇ ਇੱਥੇ ਉੱਥੇ ਜੋ ਸ਼ਰੇ ਬਾਬਾ ਗਾੜੀ ਫਿਰ ਤੁਹਾਡੇ ਪੈਰ ਲਿਪੜਨੇ ਜੀ ਗੱਡੀ ਨੂੰ ਸਿੱਧੀ ਅੰਦਰ ਹੀ ਲਾਉਣੀ ਆ ਕਿਉਂਕਿ ਮਿੱਤਰੋ ਅੱਜ ਆਪਣਾ ਹੈਗਾ ਜੇ ਐਤਵਾਰ ਹੈ ਜਿੰਮ ਤੋਂ ਹੈਗੀ ਛੁੱਟੀ ਇੱਕ ਦਿਹਾ ਲੱਗੀ ਜਿੰਮ ਤੋਂ ਛੁੱਟੀ ਆ ਆਪਣੀ ਅੱਜ ਇੱਕ ਕਰਕੇ ਹੁਣ ਆਪਾਂ ਰੈਸਟ ਹੀ ਮਾਰਨੀ ਆ 8 ਵੱਜ ਗਏ ਜੇ ਸਵੇਰ 10 ਵਜੇ ਤੁਰੇ ਹਾਂ ਮਿੱਤਰੋ ਫਿਰ ਮਿਲਦੇ ਹਾਂ ਸਵੇਰੇ ਨਵੇਂ ਵਲੌਗ ਦੇ ਨਾਲ ਅੱਜ ਦਾ ਵਲੌਗ ਇੰਨਾ ਹੀ ਬਣਿਆ ਅਤੇ ਪਰ ਮੈਂ ਜਾਂਦੇ ਜਾਂਦੇ ਕਮੈਂਟ ਪੜ੍ਹਨ ਦਿਆ ਸੀ ਮੈਂ ਚੱਲ ਗੱਲਬਾਤ ਮਾਰ ਲੂੰ ਵੀਰਾਂ ਭਰਾਵਾਂ ਦੇ ਨਾਲ ਅਤੇ ਗੱਲਾਂ ਬਾਤ ਇਹੋ ਹੀ ਹੈ ਕਿ ਸਰਪੰਚ ਵਲੌਗ 'ਚ ਨਹੀਂ ਆਉਂਦਾ ਸਰਪੰਚ ਨੇ ਜਾਣ ਮੇਰੇ ਚੰਡੀਗੜ੍ਹ ਗਏ ਆ ਅਤੇ ਬਾਕੀ ਜਿਹੜੇ ਆ 2-3 ਵਲੌਗ ਤੁਸੀਂ ਪਿੱਛੇ ਵੇਖੇ ਆ ਉਹਦੇ ਵਿੱਚ ਜ਼ਿਆਦਾ ਕਮੈਂਟ ਵੀਰਾਂ ਭਰਾਵਾਂ ਦੇ ਇਹੋ ਆਏ ਕਿ ਅਸੀਂ ਬਹੁਤ ਫਨ ਕੀਤਾ ਬਹੁਤ ਸਹੀ ਆ ਅਤੇ ਜੇ ਜਾਣ ਮੇਰੀ ਤੁਸੀਂ ਵਲੌਗ ਵੇਖ ਕੇ ਵਧੀਆ ਫਨ ਕੀਤਾ ਵਧੀਆ ਹੱਸੇ ਖੇਡੇ ਅਤੇ ਅੱਗੇ ਜ਼ਰੂਰ ਸ਼ੇਅਰ ਕਰਦਾ ਕਰੋ ਕੋਈ ਹੋਰ ਵੀ ਹੱਸ ਖੇਡ ਲਵੇ ਹੈ ਨਾ ਅਤੇ ਬਾਕੀ ਸਨੈਪਚੈਟ 'ਤੇ ਅਤੇ ਇੰਸਟਾਗ੍ਰਾਮ 'ਤੇ ਵੀ ਗੇੜਾ ਮਾਰਿਆ ਕਰੋ ਸਨੈਪਚੈਟਾਂ ਦੇ ਇਹ ਥੋੜ੍ਹਾ ਕਈ ਨਾ ਜ਼ਿਆਦਾ ਗਾਹ ਪਾ ਲਈਦਾ ਵਲੌਗ 'ਚ ਚੀਜ਼ਾਂ ਘੱਟ ਹੁੰਦੀਆਂ ਜਿਹੜੀਆਂ ਸਨੈਪਚੈਟ 'ਚ ਕਈ ਨਾ ਜ਼ਿਆਦਾ ਹੁੰਦੀਆਂ ਇੰਸਟਾ 'ਤੇ ਅਗਰ ਇੱਕ ਦੋ ਰੀਲਾਂ ਛੱਡ ਲਈਦੀਆਂ ਅਤੇ ਵਧੀਆ ਜੀ ਲੱਗਾ ਰਹਿੰਦਾ ਅਤੇ ਜੇ ਤੁਸੀਂ ਜੀ ਲਾਉਣਾ ਤਾਂ ਗੇੜਾ ਛੇੜਾ ਉੱਧਰ ਵੀ ਮਾਰਿਆ ਕਰੋ ਜਿਹੜਾ ਵਲੌਗ ਵੇਖਿਆ ਇਹਨੂੰ ਲਾਈਕ ਕਰਦਿਆ ਕਰੋ ਅਤੇ ਵਹਿੰਦੇ ਵਹਿੰਦੇ ਆ ਕੋਈ ਗੱਲ
ਚੰਗੀ ਮਾੜੀ ਲੱਗੇ ਤਾਂ ਕਮੈਂਟ ਕਰਦਿਆ ਕਰੋ। ਬਾਕੀ ਮਿਲਦੇ ਹਾਂ ਮੇਰੀ ਜਾਣ ਸਵੇਰੇ, ਥੱਕੇ ਬੜੇ ਹੁਣ ਸਾਈਏ, ਸਵੇਰੇ ਮਿਲਦੇ ਹਾਂ, ਸਵੇਰੇ ਬਣਾਉਂਦੇ ਪਿੰਡ ਦਾ ਘੈਂਟ ਜਾ ਵਲੋਗ ਕੋਈ। ਬਾਏ ਬਾਏ ਮੇਰੀ ਜਾਣ, ਜੀ ਦੇ ਵਸਦੇ ਰਹੋ ਅਤੇ ਨਜ਼ਾਰੇ ਲਓ।